ਸਿੱਖ ਵੌਇਸ ਦੇ ਨਾਲ ਗੁਰਮਤ ਵਿਚਾਰਾਂ ਦੀ ਸਾਂਝ ਪਾ ਰਹੇ ਗੁਰਮੁਖ ਪਿਆਰਿਓ, ਸਤਿਗੁਰੂ ਦੀ ਬਖਸ਼ੀ ਹੋਈ ਫਤਿਹ ਪ੍ਰਵਾਨ ਕਰਨਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰਮੁਖ ਪਿਆਰਿਓ, ਅੱਜ ਦੀ ਵਿਚਾਰ ਦਾ ਵਿਸ਼ਾ ਹੈ ਇੱਕ ਪਖੰਡੀ ਸਾਧ। ਜਿਸ ਨੂੰ ਅਗਿਆਨਤਾ ਵਿੱਚ ਫਸੇ ਹੋਏ ਸਾਡੇ ਲੋਕ ਮਹਾਂਪੁਰਖ ਸੰਤ ਬਾਬਾ ਤੇਜਾ ਸਿੰਘ ਜੀ ਰਾੜਾ ਸਾਹਿਬ ਵਾਲਾ ਕਹਿ ਕੇ ਬੁਲਾਉਂਦੇ ਹਨ। ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਇਹ ਤੇਜਾ ਸਿਉਂ ਕੁਝ ਦਿਨ ਪਹਿਲਾਂ ਚੜ੍ਹਾਈ ਕਰ ਗਿਆ ਹੈ ਅਤੇ ਤੁਹਾਡੇ ਨਾਲ ਕੁਝ ਤਸਵੀਰਾਂ ਵੀ ਸਾਂਝੀਆਂ ਕੀਤੀਆਂ ਸੀ, ਜਿਹਦੇ ਵਿੱਚ ਇਹਦੇ ਚੇਲੇ ਇਹਦੀ ਲਾਸ਼ ਨੂੰ ਚੌਰ ਸਾਹਿਬ ਕਰ ਰਹੇ ਸੀ, ਜੋ ਕੇਵਲ ਅਤੇ ਕੇਵਲ ਗੁਰੂ ਗ੍ਰੰਥ ਸਾਹਿਬ ਜੀ ਦੇ ਸਤਿਕਾਰ ਨੂੰ ਮੁੱਖ ਰੱਖਦਿਆਂ ਹੋਇਆਂ ਸਿੱਖ ਜਗਤ ਵਿੱਚ ਚੌਰ ਕੇਵਲ ਗੁਰੂ ਗ੍ਰੰਥ ਸਾਹਿਬ ਜੀ ਨੂੰ ਕੀਤੀ ਜਾਂਦੀ ਹੈ। ਸੋ ਕਾਫੀ ਸੰਗਤਾਂ ਨੇ ਇਸ ਗੱਲ ਦਾ ਵਿਰੋਧ ਵੀ ਕੀਤਾ, ਇੱਥੋਂ ਤੱਕ ਕਿ ਇਸ ਬਾਬੇ ਨੂੰ ਕਾਫੀ ਸਿੱਖ ਸੰਗਤ ਜੋ ਮੰਨਦੀ ਸੀ ਉਹਨਾਂ ਨੇ ਵੀ ਇਸ ਗੱਲ 'ਤੇ ਇਤਰਾਜ਼ ਕੀਤਾ ਕਿ ਇਹਦੀ ਲਾਸ਼ ਦੇ ਉੱਤੇ ਚੌਰ ਨਹੀਂ ਕਰਨੀ ਚਾਹੀਦੀ ਸੀ, ਇਹ ਗਲਤ ਹੈ। ਪਰ ਨਾਲ ਹੀ ਉਹਨਾਂ ਨੇ ਇਹ ਵੀ ਸਿੱਖ ਵੌਇਸ ਨੂੰ ਕਿਹਾ ਕਿ ਇਹ ਤਾਂ ਅਸੀਂ ਮੰਨ ਲੈਂਦੇ ਹਾਂ ਕਿ ਗਲਤ ਹੈ, ਪਰ ਤੁਸੀਂ ਐਡੇ ਵੱਡੇ ਮਹਾਂਪੁਰਸ਼ਾਂ ਨੂੰ ਪਖੰਡੀ ਕਿਵੇਂ ਕਹਿ ਰਹੇ ਹੋ? ਇਹ ਤਾਂ ਜੀ ਬਹੁਤ ਸਿੱਖੀ ਦਾ ਪ੍ਰਚਾਰ ਕਰਦੇ ਰਹੇ, ਤੁਹਾਨੂੰ ਕੀ ਪਤਾ ਇਹਨਾਂ ਦੇ ਬਾਰੇ? ਸੋ ਉਹਨਾਂ ਸੱਜਣਾਂ ਨੂੰ ਜਵਾਬ ਦੇਣ ਦੇ ਲਈ ਅੱਜ ਇਸ ਪਖੰਡੀ ਬਾਬੇ ਦੀਆਂ ਬਹੁਤ ਸਾਰੀਆਂ ਵੀਡੀਓ ਜੋ ਸਾਡੇ ਕੋਲ ਪਈਆਂ ਹਨ ਉਹਨਾਂ ਵਿੱਚੋਂ ਕੁਝ ਤੁਹਾਡੇ ਨਾਲ ਸਾਂਝੀਆਂ ਕਰਨ ਜਾ ਰਹੇ ਹਾਂ, ਜਿਹਦੇ ਵਿੱਚ ਦੁੱਧ ਦਾ ਦੁੱਧ ਅਤੇ ਪਾਣੀ ਦਾ ਪਾਣੀ ਸਾਫ਼ ਨਜ਼ਰ ਆਵੇਗਾ। ਤੁਹਾਨੂੰ ਮੂੰਹ ਬੋਲਦੀਆਂ ਇਹ ਵੀਡੀਓ ਦਿਖਾਵਾਂਗੇ, ਜਿਹਨੂੰ ਦੇਖ ਕੇ ਤੁਸੀਂ ਖੁਦ ਕਹੋਗੇ ਕਿ ਇਹ ਤਾਂ ਸਿਰੇ ਦਾ ਪਖੰਡੀ ਸੀ। ਸੋ ਜਿਵੇਂ ਤੁਸੀਂ ਦੇਖ ਰਹੇ ਹੋ, ਪਹਿਲੀ ਗੱਲ, ਜਿਹੜਾ ਮਨੁੱਖ ਗੁਰਮਤ ਦਾ ਧਾਰਨੀ ਹੈ, ਗੁਰਮਤ ਦੀ ਸੋਝੀ ਰੱਖਦਾ ਹੈ, ਉਹ ਕਦੇ ਵੀ ਮੂਰਤੀ ਨੂੰ ਮੱਥਾ ਨਹੀਂ ਟੇਕਦਾ, ਜਿਵੇਂ ਇਹ ਬਾਬਾ ਕਰ ਰਿਹਾ ਹੈ। ਇਸ ਡੇਰੇ ਦੇ ਬਾਬਿਆਂ ਦੀਆਂ ਮੂਰਤੀਆਂ ਨੂੰ ਪਹਿਲਾਂ ਇਹ ਮੱਥਾ ਟੇਕਦਾ ਹੈ। ਜੋ ਕਰਮ ਹੈ ਇਹਦੇ ਵਿੱਚ ਸੰਗਤਾਂ ਨੂੰ ਮਨਮਤ ਵਾਲੀ ਸਿੱਖਿਆ ਮਿਲ ਰਹੀ ਹੈ, ਹਾਲਾਂਕਿ ਫੋਟੋਆਂ ਨੂੰ ਮੱਥੇ ਟੇਕਣੇ, ਫੋਟੋਆਂ ਦੀ ਪੂਜਾ ਕਰਨੀ ਜੋ ਉਹਨਾਂ ਦੇ ਡੇਰਿਆਂ ਦੇ ਵਿੱਚ ਕੀਤੀ ਜਾਂਦੀ, ਬਿਲਕੁਲ ਮਨਮਤ ਹੈ। ਇਹ ਮੇਰਾ ਖਿਆਲ ਅੱਜ ਆਪਾਂ ਸਾਰੇ ਜਾਣਦੇ ਹਾਂ ਕਿ ਸਿੱਖ ਜੋ ਹੈ ਮੂਰਤੀ ਦਾ ਪੁਜਾਰੀ ਨਹੀਂ ਹੈ, ਸਿੱਖ ਦਾ ਸੀਸ ਕੇਵਲ ਸ਼ਬਦ ਗੁਰੂ ਗਿਆਨ ਦੇ ਅੱਗੇ ਝੁਕਦਾ ਹੈ, ਕਿਸੇ ਮਨੁੱਖ ਦੇ ਅੱਗੇ ਨਹੀਂ। ਫਿਰ ਦੂਜੀ ਗੱਲ, ਕਹਿੰਦੇ ਜੀ ਸਿੱਖੀ ਦਾ ਬਹੁਤ ਪ੍ਰਚਾਰ ਕੀਤਾ ਇਹਨਾਂ ਨੇ, ਅੱਜ ਤੁਹਾਨੂੰ ਦਿਖਾਵਾਂਗੇ ਕਿ ਜਿੱਥੇ ਜਿੱਥੇ ਵੀ ਇਹ ਬਾਬਾ ਗਿਆ ਇਹ ਇੱਕ ਤਰ੍ਹਾਂ ਦਾ ਮੰਨ ਲਓ ਗੁਰੂ ਬਣ ਕੇ ਬਹਿ ਜਾਂਦਾ ਸੀ, ਮੋਹਰੇ ਇਹਦੇ ਟੇਬਲ ਰੱਖ ਦਿੱਤਾ ਜਾਂਦਾ ਸੀ ਅਤੇ ਸੰਗਤਾਂ ਕੋਲੋਂ ਆਪਣੇ ਪੈਰਾਂ 'ਤੇ ਮੱਥੇ ਟਿਕਵਾਉਂਦਾ ਸੀ, ਮੂੰਹੋਂ ਇਹ ਬਹੁਤ ਘੱਟ ਬੋਲਦਾ ਸੀ, ਪ੍ਰਚਾਰ ਤਾਂ ਕਰਨੀ ਬਹੁਤ ਦੂਰ ਦੀ ਗੱਲ ਆ। ਆਹ ਤੁਸੀਂ ਦੇਖ ਰਹੇ ਹੋ ਜਿਵੇਂ ਤਸਵੀਰ ਦੇ ਵਿੱਚ ਮੋਹਰੇ ਟੇਬਲ ਲਾ ਤਾ, ਬਾਬੇ ਨੇ ਚੌਂਕੜਾ ਮਾਰ ਲਿਆ ਅਤੇ ਭੋਲੇ ਭਾਲੇ ਸਿੱਖਾਂ ਨੂੰ ਕਿਵੇਂ ਫਸਾ ਰਿਹਾ ਹੈ ਅਤੇ ਕਿਵੇਂ ਬਜ਼ੁਰਗ ਮਾਈਆਂ ਬੀਬੀਆਂ ਸਿਆਣੇ ਬਿਆਣੇ ਗਾਤਰੇ ਕਿਰਪਾਨਾਂ ਵੀ ਪਾਈਆਂ ਹੋਈਆਂ ਅਤੇ ਬੱਚੇ ਬਜ਼ੁਰਗ ਸਾਰੇ ਆ ਕੇ ਮੱਥਾ ਟੇਕਦੇ ਨੇ, ਪੈਸੇ ਰੱਖਦੇ ਨੇ ਅਤੇ ਬਾਬਾ ਜੀ ਦਾ ਆਸ਼ੀਰਵਾਦ ਲੈ ਕੇ ਜਾਂਦੇ ਨੇ। ਆ ਇੱਕ ਹੋਰ ਵੀਡੀਓ ਹੈ, ਉਹਦੇ ਵਿੱਚ ਕਲਿੱਪ ਹੈ, ਤੁਸੀਂ ਦੇਖੋ ਇਹਦੇ ਪੈਰਾਂ ਦੇ ਵਿੱਚ ਪੈਸੇ ਪਏ ਨੇ। ਇਹ ਤਾਂ ਜਿੱਥੇ ਵੀ ਜਾਂਦਾ ਸੀਗਾ ਇੱਦਾਂ ਕੁਰਸੀ ਜੀ ਡਾਹ ਕੇ ਅਤੇ ਲੋਕਾਂ ਕੋਲੋਂ ਮੱਥੇ ਟਿਕਵਾਉਂਦਾ ਹੁੰਦਾ ਸੀਗਾ ਅਤੇ ਬਸ ਲੋਕ ਪੈਸੇ ਦੇਈ ਜਾਂਦੇ ਸੀ ਅਤੇ ਮੱਥੇ ਟੇਕੀ ਜਾਂਦੇ ਸੀ। ਦਰਅਸਲ ਇਹ ਜਿਹੜੇ ਬਾਬੇ ਨੇ ਹੁਣ ਇਹ ਗੁਰੂ ਬਣਨ 'ਤੇ ਆਏ ਹੋਏ ਨੇ। ਗੁਰੂ ਬਣਨ 'ਤੇ ਕਿਵੇਂ ਆਏ ਨੇ? ਹੌਲੀ ਹੌਲੀ ਹੁਣ ਦੇਖੋ ਇਹਨਾਂ ਦੇ ਡੇਰਿਆਂ ਦੇ ਵਿੱਚ ਲਾਸ਼ਾਂ ਨੂੰ ਚੌਰ ਹੋਣ ਲੱਗ ਪਈ ਆ ਅਤੇ ਆਮ ਤੌਰ 'ਤੇ ਇਹਦੇ ਪਿੱਛੇ ਵੀ ਕੋਈ ਪੱਖੀ ਲੈ ਕੇ ਇੱਦਾਂ ਘੁਮਾ ਰਿਹਾ, ਹੌਲੀ ਹੌਲੀ ਉਹ ਪੱਖੀ ਨੇ ਚੌਰ ਦਾ ਰੂਪ ਲੈ ਲੈਣਾ ਜੇ ਅਸੀਂ ਨਾ ਜਾਗੇ। ਅਤੇ ਜਿਵੇਂ ਸਿੱਖ ਆਪਣੇ ਗੁਰੂ ਅੱਗੇ ਆ ਕੇ ਨਕਮਸਤਕ ਹੁੰਦਾ ਅਤੇ ਆਪਣੀ ਕਮਾਈ ਜੋ ਹੈ ਗੁਰੂ ਘਰ ਦਿੰਦਾ ਹੈ ਤਾਂ ਕਿ ਉਹ ਕਿਸੇ ਚੰਗੇ ਕੰਮ ਵਾਸਤੇ ਵਰਤੀ ਜਾਵੇ, ਚਲੋ ਇਹ ਗੱਲ ਵੱਖਰੀ ਆ, ਉਹ ਅੱਜ ਕੱਲ੍ਹ ਪ੍ਰਬੰਧਕਾਂ ਦੀਆਂ ਜੇਬਾਂ 'ਚ ਜਾਂਦੀ ਆ, ਪਰ ਹੁਣ ਇਹਨਾਂ ਬਾਬਿਆਂ ਦੀਆਂ ਸਿੱਧੀਆਂ ਡਾਇਰੈਕਟ ਜੇਬਾਂ ਵਿੱਚ ਜਾਇਆ ਕਰੇ ਜੀ। ਫਿਰ ਇਹ ਜਿਹੜੀ ਸਾਡੀ ਗੁਰੂ ਸਾਹਿਬ ਦੀ ਮਰਿਆਦਾ ਆ, ਗੁਰੂ ਸਾਹਿਬ ਵੱਲੋਂ ਬਣਾਈ ਹੋਈ ਮਰਿਆਦਾ ਤੋਂ ਉਲਟ ਚੱਲਦੇ ਨੇ। ਜਿਵੇਂ ਕਿ ਤੁਹਾਨੂੰ ਪਤਾ ਹੈ ਹੁਣ ਇਹਦੀ ਲਾਸ਼ ਨੂੰ ਪਾਣੀ ਦੇ ਵਿੱਚ ਰੁੜਿਆ ਗਿਆ, ਜਦਕਿ ਸਿੱਖ ਰਹਿਤ ਮਰਿਆਦਾ ਦੇ ਅਨੁਸਾਰ ਸਿੱਖ ਦਾ ਸਰੀਰ ਅਗਨ ਭੇਟ ਕਰਨ ਨੂੰ ਕਿਹਾ ਗਿਆ ਹੈ। ਪਰ ਇਹਨਾਂ ਨੂੰ ਕੋਈ ਪੁੱਛੇ ਜਾਂ ਇਹਨਾਂ ਦੇ ਚੇਲਿਆਂ ਨੂੰ ਕੋਈ ਪੁੱਛੇ ਵੀ ਕਹਿੰਦੇ ਤੁਸੀਂ ਆਪਣੇ ਆਪ ਨੂੰ ਸਿੱਖ ਹੋ, ਸਿੱਖ ਜਿਹੜੀ ਗੁਰੂ ਦੀ ਮੰਨਦਾ, ਅਤੇ ਗੁਰੂ ਨੇ ਕਿੱਥੇ ਲਿਖਿਆ ਜਾਂ ਕਿੱਥੇ ਕਿਹਾ ਕਿ ਸਰੀਰ ਨੂੰ ਜਲ ਪ੍ਰਵਾਹ ਕਰੋ, ਅਗਨ ਭੇਟ ਨਾ ਕਰੋ?
ਜਦ ਗੁਰੂ ਸਾਹਿਬ ਆਪਣੀ ਜ਼ਿੰਦਗੀ ਦੇ ਵਿੱਚ ਸਾਨੂੰ ਕੋਈ ਪੂਰਨੇ ਪਾ ਗਏ, ਸਾਨੂੰ ਦੱਸ ਗਏ, ਤਾਂ ਫਿਰ ਅਸੀਂ ਹੁਣ ਗੁਰੂ ਦੀ ਮਰਿਆਦਾ ਤੋਂ ਉਲਟ ਆਪਣੀ ਵੱਖਰੀ ਮਰਿਆਦਾ ਕਿਉਂ ਬਣਾਈ ਬੈਠੇ ਹਾਂ? ਕੀ ਇਹ ਬਾਬੇ ਸਾਡੇ ਗੁਰੂ ਤੋਂ ਸਿਆਣੇ ਜੰਮ ਪਏ? ਕਈ ਸੱਜਣ ਕੱਲ੍ਹ ਵੀ ਪੋਸਟ ਪਾਈ ਸੀ, ਦਲੀਲਾਂ ਦਿੰਦੇ ਨੇ ਕਿ ਜੀ ਬਾਬਾ ਜੀ ਬਹੁਤ ਦਿਆਲੂ ਨੇ, ਮੱਛੀਆਂ ਦਾ ਖਿਆਲ ਰੱਖਦੇ ਹਨ, ਵੀ ਮੱਛੀਆਂ ਮੇਰੇ ਸਰੀਰ ਨੂੰ ਖਾ ਜਾਣਗੀਆਂ। ਅੱਛਾ, ਅਤੇ ਮੇਰਾ ਗੁਰੂ ਦਿਆਲੂ ਨਹੀਂ ਸੀ? ਮੇਰੇ ਗੁਰੂ ਦੇ ਦਿਲ ਵਿੱਚ ਮਨ ਵਿੱਚ ਇਹ ਸੋਚ ਨਹੀਂ ਆਈ ਵੀ ਮੈਂ ਆਪਣਾ ਸਰੀਰ ਵੀ ਮੱਛੀਆਂ ਨੂੰ ਦੇ ਦਾਂ? ਕੋਈ ਕਾਰਨ ਹੋਵੇਗਾ ਜਿਹਦਾ ਕਰਕੇ ਸਤਿਗੁਰ ਨੇ ਅਗਨ ਭੇਟ ਕਰਨ ਨੂੰ ਇਹ ਸਾਡੀ ਜੋ ਮਰਿਆਦਾ ਹੈ ਬੰਨ੍ਹੀ ਹੈ? ਅੱਜ ਅਸੀਂ ਗੁਰੂ ਤੋਂ ਸਿਆਣੇ ਬਣ ਬੈਠੇ ਹਾਂ ਅਤੇ ਇਹਨਾਂ ਬਾਬਿਆਂ ਨੂੰ ਆਪਣੇ ਗੁਰੂ ਤੋਂ ਵੀ ਉੱਚੇ ਚੱਕ ਦੇ ਤਾ। ਆਹ ਦੇਖੋ ਬੀਬੀਆਂ ਬਸ ਆ ਗਾਤਰੇ ਕਿਰਪਾਨਾਂ ਪਾਉਣ ਵਾਲੇ ਵੀ ਆ ਕੇ ਇਸ ਬੁੱਢੇ ਦੇ ਅੱਗੇ ਨੱਕ ਰਗੜਦੇ ਹਨ। ਆਹ ਦੇਖੋ ਵਿਚਾਰਾ ਬਜ਼ੁਰਗ ਆਪਣੀ ਹੱਡ ਬੀਤੀ ਦੀ ਮਿਹਨਤ ਦੀ ਕਮਾਈ ਪਤਾ ਨਹੀਂ ਕਰਕੇ ਆਹ ਦੇਖੋ ਥਈਆਂ ਦੀਆਂ ਥਈਆਂ ਲਿਆ ਕੇ ਬਾਬੇ ਦੇ ਚਰਨਾਂ ਵਿੱਚ ਧਰ ਰਿਹਾ ਹੈ। ਲਓ ਲਓ ਜੀ, ਦੇਖ ਲਓ। ਅਤੇ ਬਾਬੇ ਨੇ ਉਹਨੂੰ ਸੇਬ ਦੇ ਦੇਣਾ, ਚੱਲ ਜੀ ਸੇਬ 'ਚ ਤੇਰਾ ਕੰਮ ਹੋ ਜਾਣਾ। ਵਿਚਾਰਿਆਂ ਨੂੰ ਇੱਕ ਸੇਬ ਪਤਾ ਨਹੀਂ ਕਿੰਨੇ ਹਜ਼ਾਰ ਰੁਪਏ 'ਚ ਪਿਆ ਹੋਣਾ। ਆਹ ਦੇਖ ਲਓ, ਹੋਰ ਕਿਤੇ ਦੇਖ ਲਓ, ਜਿੱਥੇ ਵੀ ਜਾਂਦਾ ਇਹ ਕੁਰਸੀ ਡਾਹ ਕੇ ਮੂਹਰੇ ਮੇਜ਼ ਰੱਖ ਕੇ। ਚੱਲ ਜੀ ਮੈਨੂੰ ਦੱਸੋ ਇੱਥੇ ਸਿੱਖੀ ਦਾ ਕੀ ਪ੍ਰਚਾਰ ਹੋ ਰਿਹਾ ਜਿਹੜੇ ਇਸ ਬਾਬੇ ਨੂੰ ਮੰਨਦੇ ਨੇ? ਇਸ ਵੀਡੀਓ ਜਿੰਨੀਆਂ ਵੀ ਤੁਹਾਨੂੰ ਵੀਡੀਓ ਦਿਖਾਵਾਂਗੇ ਜਾਂ ਜਿੰਨੀਆਂ ਤੁਸੀਂ ਇਹਦੀਆਂ ਇੰਟਰਨੈਟ 'ਤੇ ਵੀ ਲੱਭ ਸਕਦੇ ਹੋ, ਤੁਸੀਂ ਦੱਸੋ ਕਿਹੜਾ ਸਿੱਖੀ ਦਾ ਪ੍ਰਚਾਰ ਹੋ ਰਿਹਾ? ਸਿੱਖੀ ਦਾ ਪ੍ਰਚਾਰ ਹੋ ਰਿਹਾ ਜਾਂ ਇਹ ਬਾਬਾ ਆਪ ਗੁਰੂ ਬਣਨ ਦੀ ਕੋਸ਼ਿਸ਼ ਕਰ ਰਿਹਾ? ਇੱਥੋਂ ਤੱਕ ਜਿਹੜੇ ਉਹਦੇ ਸਾਈਡ 'ਤੇ ਖੜਾ ਹੁੰਦਾ ਪੱਖੀ ਝੱਲਦਾ ਉਹਨੂੰ, ਕਈ ਵਾਰੀ ਤੁਹਾਨੂੰ ਅੱਗੇ ਵੀਡੀਓ 'ਚ ਵੀ ਦਿਖਾਵਾਂਗੇ, ਮਹਾਰਾਜ ਕਹਿੰਦਾ ਮਹਾਰਾਜ ਜੀ ਕਿਰਪਾ ਕਰੋ ਇਹਨਾਂ ਦੇ ਉੱਤੇ, ਮਹਾਰਾਜ ਜੀ ਆਹ ਕਰੋ, ਸਤਿਗੁਰੂ ਜੀ ਕਿਰਪਾ ਕਰੋ। ਇੱਥੋਂ ਤੱਕ ਕਿ ਉਹਨਾਂ ਨੇ ਵੀਡੀਓ ਦੇ ਵਿੱਚ ਸ਼ਬਦ ਸਤਿਗੁਰ ਵੀ ਵਰਤਿਆ ਇਸ ਬਾਬੇ ਦੇ ਪ੍ਰਥਾਈ। ਅਣਖ ਮਰ ਗਈ ਸਾਡੀ ਸਿੱਖੋ? ਪਹਿਲੀ ਤਾਂ ਗੱਲ, ਮਹਾਂਪੁਰਖ ਤਾਂ ਕੇਵਲ ਪਰਮਾਤਮਾ ਹੁੰਦਾ ਹੈ। ਮਹਾਂਪੁਰਖ ਕੌਣ ਹੁੰਦਾ ਹੈ? ਜੋ ਪੁਰਖਾਂ ਦਾ ਪੁਰਖ ਹੈ ਮਹਾਂਪੁਰਖ, ਉਹ ਹੈ ਅਕਾਲ ਪੁਰਖ। ਮੂਲ ਮੰਤਰ ਸਮਝਿਆ ਨਹੀਂ, ਅਸੀਂ ਰੱਟੇ 'ਤੇ ਰੱਟੇ ਫੇਰੀ ਜਾਂਦੇ ਬਾਣੀ ਦੇ ਨੇ ਬਾਬਿਆਂ ਦੇ ਕਹਿਆਂ 'ਤੇ। ਆਓ ਤੁਹਾਨੂੰ ਵੀਡੀਓ ਸੁਣਾਉਂਦੇ ਹਾਂ, ਤੁਸੀਂ ਖੁਦ ਸੁਣ ਲਓ। ਇਸ ਵੀਡੀਓ ਦੀ ਆਡੀਓ ਅਸੀਂ ਔਨ ਕਰਕੇ ਤੁਹਾਨੂੰ ਸੁਣਾਉਂਦੇ ਹਾਂ, ਤੁਸੀਂ ਖੁਦ ਸੁਣੋ ਕਿ ਇਹ ਬਾਬੇ ਸਿੱਖੀ ਦਾ ਪ੍ਰਚਾਰ ਕਰ ਰਹੇ ਹਨ ਜਾਂ ਆਪਣੇ ਆਪ ਨੂੰ ਗੁਰੂ ਦੇ ਬਰਾਬਰ ਦਾ ਦਰਜਾ ਦੇ ਰਹੇ ਹਨ। ਮਿਹਰ ਕੀਤੀ ਮੇਰੇ ਮਾਲਿਕ, ਬੜੀ ਕਿਰਪਾ ਕੀਤੀ, ਬੜੀ ਮਿਹਰ ਕੀਤੀ ਮੇਰੇ ਮਾਲਿਕ। ਮੇਰੇ ਕਹਿੰਦੇ ਨਾਮ ਸਿਮਰਨ ਦੀ ਕਿਰਪਾ ਰੱਖਿਓ ਸੱਚੇ ਪਾਤਸ਼ਾਹ ਜਗ ਪ੍ਰਸ਼ਾਦ ਇਹ ਸੱਚਾ ਪ੍ਰਾਪਤ ਆਸ਼ੀਰਵਾਦ ਦੇ ਦਿਓ ਮਹਾਰਾਜ ਜੀ। ਇਹਨਾਂ ਦੇ ਵੀ ਸਿਰ 'ਤੇ ਹੱਥ ਰੱਖ ਦਿਓ ਮਹਾਰਾਜ ਜੀ, ਇਸ ਕਿਰਪਾ ਰੱਖਿਓ, ਚਰਨ ਨਾਲ ਜੋੜ ਕੇ ਰੱਖਿਓ, ਇਹੀ ਬੇਨਤੀ। ਹੋਰ ਠੀਕ ਆ ਮਹਾਰਾਜ ਜੀ, ਬਸ ਸਭ ਠੀਕ ਆ, ਚੱਲਦੇ ਹਾਂ ਗੱਡੀ 'ਚ ਬਹਿੰਦੇ। ਹੁਣ ਤੁਸੀਂ ਆਪਣੀਆਂ ਅੱਖਾਂ ਨਾਲ ਵੇਖ ਵੀ ਲਿਆ ਅਤੇ ਆਪਣੇ ਕੰਨਾਂ ਦੇ ਨਾਲ ਸੁਣ ਵੀ ਲਿਆ। ਇੱਥੋਂ ਤੱਕ ਇਹਦੇ ਜਿਹੜੇ ਸਾਈਡ 'ਤੇ ਖੜਾ ਚੇਲਾ, ਉਹਨੇ ਸ਼ਬਦ ਸੱਚੇ ਪਾਤਸ਼ਾਹ ਵੀ ਵਰਤਿਆ ਇਸ ਪਖੰਡੀ ਵਾਸਤੇ। ਉਹ ਗੁਰੂ ਦਿਆ ਸਿੱਖਾ, ਤੇਰਾ ਸੱਚਾ ਪਾਤਸ਼ਾਹ ਤਾਂ ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਆ,
ਆ ਬੁੱਢਾ ਤੇਰਾ ਸੱਚੇ ਪਾਤਸ਼ਾਹ ਆ? ਜੇ ਤੇ ਕੋਈ ਆਪਣੀ ਦਾੜੀ ਸਾਫ਼ ਨਹੀਂ ਕਰ ਹੁੰਦੀ ਉਹਦੇ ਵਾਸਤੇ ਵੀ ਚੇਲੇ ਰੱਖੇ ਆ? ਅਣਖ ਮਰ ਗਈ ਸਾਡੀ, ਸੱਚ ਕਹਿੰਦਾ ਮਾਫ਼ ਕਰਿਓ। ਮਹਾਰਾਜ ਸੱਚੇ ਪਾਤਸ਼ਾਹ ਮਰਿਆਦਾ ਇਹਨਾਂ ਦੀ ਉਲਟ ਗੱਦੀਆਂ ਲਾ ਲਾ ਬਹਿੰਦੇ ਮੱਥੇ ਟਿਕਵਾਉਂਦੇ ਨੇ। ਜੇ ਗੁਰੂ ਦੇ ਸ਼ਰੀਕ ਨਹੀਂ ਬਣ ਰਹੇ ਤੇ ਹੋਰ ਕੀ ਨੇ?